ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਮਾਤਾ ਸੁਰਜੀਤ ਕੌਰ ਦੇ ਭੋਗ ਅਤੇ ਸ਼ਰਧਾਂਜਲੀ ਸਮਾਰੋਹ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਬੀਤੇ ਦਿਨੀ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਕੀਤੇ ਗਏ ਦੁਰਵਿਵਹਾਰ ਸੰਬੰਧੀ ਬੋਲਦਿਆਂ ਕਿਹਾ ਕਿ ਕਿਸੇ ਵੀ ਅਫਸਰ ਨਾਲ ਮਾੜਾ ਵਿਵਹਾਰ ਨਹੀਂ ਕਰਨਾ ਚਾਹੀਦਾ। ਗੱਲ ਨੂੰ ਰਾਜਨੀਤਿਕ ਤੌਰ ਤੇ ਨਹੀਂ ਕਰਨਾ ਚਾਹੀਦਾ। ਡੀਸੀ ਸਾਹਿਬ ਨੂੰ ਮੈਂ ਉਹ ਵੀਡੀਓ ਤੁਸੀਂ ਵੀ ਵੇਖੀ ਹੈ, ਮੈਂ ਵੀ ਵੇਖੀ ਹੈ, ਮੈਂ ਸਮਝਦਾ ਕਿਸੇ ਅਫਸਰ ਨਾਲ ਮਾੜਾ ਵਿਵਹਾਰ ਨਹੀਂ ਕਰਨਾ ਚਾਹੀਦਾ। ਚਲੋ ਉਹਨਾਂ ਨੇ ਪਹਿਲਾਂ ਵੀ ਕੀਤਾ, ਪਹਿਲਾਂ ਵੀ ਉਹ ਫੌਜੀ ਵੀ ਸੀ ਵਿਚਾਰਾ, ਤਹਿਸੀਲਦਾਰ ਵੀ ਸੀ, ਉਹਨੂੰ ਵੀ ਕੁੱਟਿਆ। ਹੁਣ ਉਹ ਕਹਿਣਗੇ ਜੀ ਉਹ ਪੋਲੀਟੀਕਲ ਵੈਂਡੈਟਾ ਸੀ। ਨਹੀਂ, ਜੇ ਤੁਸੀਂ ਡੀਸੀ ਸਾਹਿਬ ਨੇ, ਹਾਂ ਕੋਈ ਅਫਸਰ ਤੁਹਾਡੀ ਗੱਲ ਨਹੀਂ ਸੁਣ ਰਿਹਾ, ਤੁਸੀਂ ਸਿਵਲ ਤਰੀਕੇ ਨਾਲ ਗੱਲ ਕਰ ਲਓ। ਮਗਰ ਜੇ ਅਨਸਿਵਲਾਈਜ਼ ਬਿਹੇਵੀਅਰ ਹੈ, ਜੋ ਪਰਚਾ ਹੋਇਆ ਨਹੀਂ ਹੋਇਆ ਇਹਦੇ ਬਾਰੇ ਸਰਕਾਰ ਜਵਾਬ ਦੇ ਸਕਦੀ ਹੈ, ਮਗਰ ਜਿੰਨੀ ਮੈਨੂੰ ਸਮਝ ਆਈ ਹੈ, ਮੈਂ ਉਸ ਗੱਲ ਦਾ ਹਾਮੀ ਨਹੀਂ ਕਿ ਕਿਸੇ ਤਰੀਕੇ ਦਾ ਵੀ ਕਿਸੇ ਬੰਦੇ ਨਾਲ ਵੀ ਮਤਭੇਦ ਹੋ ਸਕਦੇ ਨੇ, ਮਗਰ ਮੈਂ ਸਮਝਦਾ ਸ਼ਬਦਾਵਲੀ ਮਾੜੀ ਨਹੀਂ ਵਰਤਣੀ ਚਾਹੀਦੀ।